ਭਾਰਤੀ ਯੂਨੀਅਨ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਮੀਟਿੰਗ ਹੋਈ, ਵਿਚ ਅਫਸਰ ਸਾਹਿਬਾਨ ਵੀ ਸਨ। ਉਹਦੇ ਵਿਚ ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਦਾ ਕਈ ਮੰਗਾਂ ਕਈ ਮਾਮਲੇ ਲਟਕਦੇ ਆ ਰਹੇ ਸਨ, ਉਨ੍ਹਾਂ ਦੀ ਖੁੱਲ੍ਹ ਕੇ ਵਿਚਾਰ ਹੋਈ। ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦਿੱਤਾ। ਵੱਡੀ ਜਿਹੜਾ ਅੜਿੱਕਾ ਸੀਗਾ, ਜਿਹੜੀ 2.5% ਆੜਤ ਦਾ, ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਨ੍ਹਾਂ ਨੇ ਕਿਉਂ ਰੋਕੀ, ਆਪਾਂ ਉਹ ਪਤਾ ਕਰਦੇ ਆ, ਉਹਦੀ ਲੜਾਈ ਲੜਦੇ ਆ, ਜੇ ਉਹਦੇ ਵਿਚ ਕੋਈ ਕਮੀ ਰਹਿ ਗਈ ਤਾਂ ਉਹ ਪੰਜਾਬ ਸਰਕਾਰ ਉਹਦੀ ਭਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇਊਗੀ। ਪਰ ਜਿਹੜੇ ਅੱਜ ਕਿਸਾਨਾਂ ਨਾਲ ਵੀ ਕੁਛ ਮੀਟਿੰਗ ਹੋਈ, ਉਹਨਾਂ ਬਾਰੇ ਕੁਛ? ਮੈਂ ਜਦੋਂ ਆਇਆ ਸੀ ਜਿਹੜੀ ਮੀਟਿੰਗ ਸੀ ਇਹ ਆੜਤੀ ਯੂਨੀਅਨ ਦੀ ਸੀ, ਮੈਂ ਥੋੜਾ ਲੇਟ ਉਹਨਾਂ ਦੇ ਪ੍ਰਧਾਨ ਵਿਜੇ ਕਾਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਾਹਿਬਾਨ ਸਨ, ਜ਼ਿਲ੍ਹਿਆਂ ਦੇ ਵੀ ਕੁਛ ਪ੍ਰਧਾਨ ਸਨ, ਉਹਨਾਂ ਨੇ ਅੱਜ ਤੋਂ ਜਿਹੜੀ ਉਹ ਹੜਤਾਲ ਖਤਮ ਕਰ ਦਿੱਤੀ ਹੈ। ਭਾਈ ਪੰਜਾਬ ਸਰਕਾਰ ਕੋਲ ਕਮੀ ਰਹੂਗੀ। ਕਿਸਾਨ ਵੀ ਜਿਹੜੇ ਨੇ ਕਿਤੇ ਨਾ ਕਿਤੇ ਮੀਟਿੰਗ ਲਈ ਹੱਲੇ ਵੀ ਉਡੀਕ ਕਰ ਰਹੇ, ਸਵੇਰੇ ਕਿਸਾਨ ਵੀ ਆ ਗਏ, ਆੜਤੀ ਵੀ ਆ ਗਏ, ਪ੍ਰਸ਼ਾਸਨ ਨਾਲ ਵੀ ਮੁਲਾਕਾਤ, ਇਕੱਠਾ ਸਭ ਸਾਰੇ ਕਹਿ ਦਈਏ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਸਾਰੇ ਜਿਹੜੇ ਇਕੱਠੇ ਹੋ ਗਏ ਇੱਕ ਵਾਰੀ ਆ ਗਏ, ਸਾਰੇ ਮਸਲੇ ਅੱਜ ਹੱਲ ਹੋ ਗਏ। ਕੁਟੀ ਸਾਹਿਬ, ਡੀਏਪੀ ਦੀ ਵੀ ਜ਼ਿਕਰ ਕਿਹਾ ਜਾ ਕਿ ਡੀਏਪੀ ਦੀ ਵੀ ਘਾਟ ਹੈ ਕਿਉਂਕਿ ਕਟਾਈ ਤੋਂ ਬਾਅਦ ਨਾਲ ਹੀ ਕਣਕ ਦੀ ਬਿਜਾਈ। ਇਸ ਗੱਲ ਦਾ ਮੈਂ ਪਹਿਲਾਂ ਵੀ ਵਿਸ਼ਵਾਸ ਦਿੱਤਾ, ਕਿਉਂ ਇਸ ਗੱਲ ਨੂੰ ਕੀਤਾ ਜਾਂਦਾ, ਸਾਡੇ ਕੋਲ ਡੀਏਪੀ ਪੂਰੀ ਹੈ ਤੇ ਪੂਰੀ ਪ੍ਰਦਾਨ ਕਰਾਂਗੇ। ਮੈਨੂੰ ਇਸ ਵੇਖੋ ਇਸ ਗੱਲ ਦਾ ਮੇਰੇ ਜਿਹੜੀ ਗੱਲ ਦਾ ਮੈਨੂੰ ਪਤਾ ਸੀ ਜਿਸ ਵਿਚ ਮੈਂ ਆਇਆ, ਮੈਂ ਤੁਹਾਡੇ ਨਾਲ ਸਾਰੀ ਪੂਰੀ ਇਮਾਨਦਾਰੀ ਨਾਲ ਨਿਪਟਾ ਦੀ। ਕਿਸਾਨਾਂ ਨਾਲ ਮੀਟਿੰਗ ਹੈ ਨਹੀਂ? ਮੇਰੇ ਖਿਆਲ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਮੈਂ ਕਰ ਲੂੰਗਾ, ਮੈਨੂੰ ਕਿਸੇ ਗੱਲ ਦੀ ਨੀ, ਚਾਹੇ ਕੋਈ ਪੰਜਾਬ ਭਵਨ ਦੇ ਵਿਚ ਵੇਟ ਕਰ ਰਹੇ ਨਾ ਕਿਸਾਨ, ਇੱਥੋਂ ਗਏ ਸੀ ਪੰਜਾਬ ਭਵਨ। ਹਾਂ, ਮੈਂ ਜਾ ਰਹੇ ਉੱਥੇ, ਮੈਂ ਕਰ ਲੈਣਾ ਜੀ। ਠੀਕ ਆੜਤੀ ਯੂਨੀਅਨ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਮੀਟਿੰਗ ਹੋਈ, ਵਿਚ ਅਫਸਰ ਸਾਹਿਬਾਨ ਵੀ ਸਨ। ਉਹਦੇ ਵਿਚ ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਦਾ ਕਈ ਮੰਗਾਂ ਕਈ ਮਾਮਲੇ ਲਟਕਦੇ ਆ ਰਹੇ ਸਨ, ਉਨ੍ਹਾਂ ਦੀ ਖੁੱਲ੍ਹ ਕੇ ਵਿਚਾਰ ਹੋਈ। ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਦਿੱਤਾ। ਵੱਡੀ ਜਿਹੜਾ ਅੜਿੱਕਾ ਸੀਗਾ, ਜਿਹੜੀ 2.5% ਆੜਤ ਦਾ, ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਨ੍ਹਾਂ ਨੇ ਕਿਉਂ ਰੋਕੀ, ਆਪਾਂ ਉਹ ਪਤਾ ਕਰਦੇ ਆ, ਉਹਦੀ ਲੜਾਈ ਲੜਦੇ ਆ, ਜੇ ਉਹਦੇ ਵਿਚ ਕੋਈ ਕਮੀ ਰਹਿ ਗਈ ਤਾਂ ਉਹ ਪੰਜਾਬ ਸਰਕਾਰ ਉਹਦੀ ਭਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇਊਗੀ। ਪਰ ਜਿਹੜੇ ਅੱਜ ਕਿਸਾਨਾਂ ਨਾਲ ਵੀ ਕੁਛ ਮੀਟਿੰਗ ਹੋਈ, ਉਹਨਾਂ ਬਾਰੇ ਕੁਛ? ਮੈਂ ਜਦੋਂ ਆਇਆ ਸੀ ਜਿਹੜੀ ਮੀਟਿੰਗ ਸੀ ਇਹ ਆੜਤੀ ਯੂਨੀਅਨ ਦੀ ਸੀ, ਮੈਂ ਥੋੜਾ ਲੇਟ ਹੋ ਗਿਆ। ਆੜਤੀਆਂ ਨੇ ਹੜਤਾਲ ਜਿਹੜੀ ਕੀ ਉਹ ਖਤਮ, ਉਹਨਾਂ ਨੇ ਹੜਤਾਲ ਉਹਨਾਂ ਦੇ ਪ੍ਰਧਾਨ ਵਿਜੇ ਕਾਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਾਹਿਬਾਨ ਸਨ, ਜ਼ਿਲ੍ਹਿਆਂ ਦੇ ਵੀ ਕੁਛ ਪ੍ਰਧਾਨ ਸਨ, ਉਹਨਾਂ ਨੇ ਅੱਜ ਤੋਂ ਜਿਹੜੀ ਉਹ ਹੜਤਾਲ ਖਤਮ ਕਰ ਦਿੱਤੀ ਹੈ। ਭਾਈ ਪੰਜਾਬ ਸਰਕਾਰ ਕੋਲ ਕਮੀ ਰਹੂਗੀ। ਕਿਸਾਨ ਵੀ ਜਿਹੜੇ ਨੇ ਕਿਤੇ ਨਾ ਕਿਤੇ ਮੀਟਿੰਗ ਲਈ ਹੱਲੇ ਵੀ ਉਡੀਕ ਕਰ ਰਹੇ, ਸਵੇਰੇ ਕਿਸਾਨ ਵੀ ਆ ਗਏ, ਆੜਤੀ ਵੀ ਆ ਗਏ, ਪ੍ਰਸ਼ਾਸਨ ਨਾਲ ਵੀ ਮੁਲਾਕਾਤ, ਇਕੱਠਾ ਸਭ ਸਾਰੇ ਕਹਿ ਦਈਏ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਸਾਰੇ ਜਿਹੜੇ ਇਕੱਠੇ ਹੋ ਗਏ ਇੱਕ ਵਾਰੀ ਆ ਗਏ, ਸਾਰੇ ਮਸਲੇ ਅੱਜ ਹੱਲ ਹੋ ਗਏ। ਕੁਟੀ ਸਾਹਿਬ, ਡੀਏਪੀ ਦੀ ਵੀ ਜ਼ਿਕਰ ਕਿਹਾ ਜਾ ਕਿ ਡੀਏਪੀ ਦੀ ਵੀ ਘਾਟ ਹੈ ਕਿਉਂਕਿ ਕਟਾਈ ਤੋਂ ਬਾਅਦ ਨਾਲ ਹੀ ਕਣਕ ਦੀ ਬਿਜਾਈ। ਇਸ ਗੱਲ ਦਾ ਮੈਂ ਪਹਿਲਾਂ ਵੀ ਵਿਸ਼ਵਾਸ ਦਿੱਤਾ, ਕਿਉਂ ਇਸ ਗੱਲ ਨੂੰ ਕੀਤਾ ਜਾਂਦਾ, ਸਾਡੇ ਕੋਲ ਡੀਏਪੀ ਪੂਰੀ ਹੈ ਤੇ ਪੂਰੀ ਪ੍ਰਦਾਨ ਕਰਾਂਗੇ। ਮੈਨੂੰ ਇਸ ਵੇਖੋ ਇਸ ਗੱਲ ਦਾ ਮੇਰੇ ਜਿਹੜੀ ਗੱਲ ਦਾ ਮੈਨੂੰ ਪਤਾ ਸੀ ਜਿਸ ਵਿਚ ਮੈਂ ਆਇਆ, ਮੈਂ ਤੁਹਾਡੇ ਨਾਲ ਸਾਰੀ ਪੂਰੀ
ਇਮਾਨਦਾਰੀ ਨਾਲ ਨਿਪਟਾ ਦੀ। ਕਿਸਾਨਾਂ ਨਾਲ ਮੀਟਿੰਗ ਹੈ ਅੱਗੇ ਹੁਣ ਖੁੱਡੀਆਂ ਸਾਹਿਬ ਕੇ ਨਹੀਂ? ਮੇਰੇ ਖਿਆਲ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਮੈਂ ਕਰ ਲੂੰਗਾ, ਮੈਨੂੰ ਕਿਸੇ ਗੱਲ ਦੀ ਨਹੀਂ, ਚਾਹੇ ਕੋਈ ਵੀ ਪੰਜਾਬ ਭਵਨ ਦੇ ਵਿੱਚ ਵੇਟ ਕਰ ਰਹੇ ਨਾ ਕਿਸਾਨ, ਇੱਥੋਂ ਗਏ ਸੀ ਪੰਜਾਬ ਭਵਨ। ਹਾਂ ਮੈਂ ਉੱਥੇ ਮੈਂ ਕਰ ਲੈਣਾ ਜੀ। ਠੀਕ ਠੀਕ ਠੀਕ।